ਮੇਰਾ 1 ਕੁਇੰਟਲ 60 ਕਿਲੋ ਵੇਟ ਸੀਗਾ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ, ਤੋਰਾ ਫੇਰਾ ਨਹੀਂ ਹੁੰਦਾ ਸੀਗਾ, ਪਿਆ ਹੀ ਰਹਿੰਦਾ ਸੀ ਸਾਰੀ ਦਿਹਾੜੀ। ਜੇ ਮੈਂ ਤੁਰਦਾ ਫਿਰਦਾ ਸੀਗਾ ਸਾਹ ਚੜ ਜਾਂਦਾ ਸੀ। ਮੇਰਾ ਸਰਜਰੀ ਕੀਤੀ ਅਤੇ ਮੇਰਾ 1 ਕੁਇੰਟਲ 60 ਕਿਲੋ ਤੋਂ ਹੁਣ 80 ਕਿਲੋ ਵੇਟ ਹੈ। ਹੁਣ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ, ਅੱਗੇ ਮੈਨੂੰ ਦਿੱਕਤ ਬਹੁਤ ਆਉਂਦੀ ਸੀਗੀ। ਡਾਕਟਰ ਸਾਹਿਬ ਬਹੁਤ ਚੰਗੀ ਤਰ੍ਹਾਂ ਮੇਰੀ ਗੱਲ ਸੁਣਦੇ ਆ, ਜਾਂ ਮੈਨੂੰ ਕੋਈ ਖਾਣ ਪੀਣ ਦੀ ਜਾਂ ਕੋਈ ਪੈਣ ਦੀ ਜਾਂ ਕੋਈ ਕਿਸੇ ਕੰਮ ਦੀ ਕੋਈ ਦਿੱਕਤ ਨਹੀਂ ਆਉਂਦੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਪਿੰਡ ਮਚਾਕੀ ਮੱਲ ਸਿੰਘ ਫਰੀਦਕੋਟ ਦੇ ਨਾਲ ਆ ਜੀ, ਜਿਹੜਾ ਫਰੀਦਕੋਟ ਲੱਗਦਾ। ਮੇਰਾ ਵੇਟ ਬਹੁਤ ਜ਼ਿਆਦਾ ਸੀਗਾ, ਮੇਰਾ 1 ਕੁਇੰਟਲ 60 ਕਿਲੋ ਵੇਟ ਸੀਗਾ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ, ਤੋਰਾ ਫੇਰਾ ਨਹੀਂ ਹੁੰਦਾ ਸੀਗਾ, ਖਾ ਪੀ ਨਹੀਂ ਕਰ ਸਕਦਾ ਸੀਗਾ, ਪਿਆ ਹੀ ਰਹਿੰਦਾ ਸੀ ਸਾਰੀ ਦਿਹਾੜੀ। ਜੇ ਮੈਂ ਤੁਰਦਾ ਫਿਰਦਾ ਸੀਗਾ ਸਾਹ ਚੜ ਜਾਂਦਾ ਸੀ। ਅਤੇ ਸਾਡੇ ਰਿਸ਼ਤੇਦਾਰ ਆਏ, ਉਹ ਮੈਨੂੰ ਕਹਿੰਦੇ ਆ ਕਿ ਤੇਰਾ ਵੇਟ ਘਟਾਈਏ। ਡਾਕਟਰ ਅਮਿਤ ਸੂਦ ਨੂੰ ਮਿਲ ਕੇ ਅਸੀਂ ਇੱਥੇ ਆਏ, ਆ ਕੇ ਅਸੀਂ ਡਾਕਟਰ ਅਮਿਤ ਸੂਦ ਨੂੰ ਮਿਲੇ ਅਤੇ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਵੀ ਤੁਹਾਡਾ ਵੇਟ ਘਟਾ ਦਿੰਦੇ ਹਾਂ। ਇਹਨਾਂ ਨੇ ਡਾਕਟਰ ਸਾਹਿਬ ਨੇ ਵੇਟ ਘਟਾਇਆ, ਮੇਰਾ ਸਰਜਰੀ ਕੀਤੀ ਅਤੇ ਮੇਰਾ 1 ਕੁਇੰਟਲ 60 ਕਿਲੋ ਤੋਂ ਹੁਣ 80 ਕਿਲੋ ਵੇਟ ਹੈ। ਬਹੁਤ ਜ਼ਿਆਦਾ 80 ਕਿਲੋ ਵੇਟ ਮੇਰਾ ਘੱਟ ਗਿਆ, ਕੰਮ ਸੰਭਾਲ ਸਕਦਾ ਮੈਂ, ਬਹੁਤ ਜ਼ਿਆਦਾ ਸੌਖਾ। ਹੁਣ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ, ਅੱਗੇ ਮੈਨੂੰ ਦਿੱਕਤ ਬਹੁਤ ਆਉਂਦੀ ਸੀਗੀ ਅਤੇ ਮੈਂ ਕੀ ਉਹਦਾ ਨਾਲ ਘਰ ਪਿਆ ਰਹਿੰਦਾ ਸੀਗਾ। ਹੁਣ ਮੈਂ ਸਾਰੇ ਆਪਦੀ ਖੇਤੀ ਦਾ ਸਾਰਾ ਕੰਮ ਆਪ ਸਾਂਭਦਾ। ਮੈਂ ਡਾਕਟਰ ਅਮਿਤ ਸੂਦ ਨੂੰ ਮਿਲਦਾ ਰਹਿੰਦਾ, ਹੁਣ ਖਾਣ ਪੀਣ ਮੇਰਾ ਬਹੁਤ ਵਧੀਆ। ਮੈਂ ਡਾਕਟਰ ਅਮਿਤ ਸੂਦ ਕੋਲ 1 ਮਹੀਨੇ ਬਾਅਦ ਆ ਜਾਂਦਾ। ਡਾਕਟਰ ਸਾਹਿਬ ਬਹੁਤ ਚੰਗੀ ਤਰ੍ਹਾਂ ਮੇਰੀ ਗੱਲ ਸੁਣਦੇ ਆ, ਮੈਨੂੰ ਕੋਈ ਹੁਣ ਦਿੱਕਤ ਨਹੀਂ ਆਉਂਦੀਗੀ, ਹੁਣ ਮੈਂ ਵਧੀਆ, ਤੋਰਾ ਫੇਰਾ ਮੇਰਾ ਬਹੁਤ ਵਧੀਆ। ਜਾਂ ਮੈਨੂੰ ਕੋਈ ਖਾਣ ਪੀਣ ਦੀ ਜਾਂ ਕੋਈ ਪੈਣ ਦੀ ਜਾਂ ਕੋਈ ਕਿਸੇ ਕੰਮ ਦੀ ਕੋਈ ਦਿੱਕਤ ਨਹੀਂ ਆਉਂਦੀ। ਜਿਨ੍ਹਾਂ ਦਾ ਵੇਟ ਮੇਰੇ ਅੰਨੂੰ ਹੈ, ਉਹ ਆ ਕੇ ਇੱਥੇ ਡਾਕਟਰ ਅਮਿਤ ਸੂਦ ਨੂੰ ਮੋਗੇ ਮਿਲੋ, ਕਿਤੇ ਦੂਰ ਜਾਣ ਦੀ ਲੋੜ ਨਹੀਂ। ਨਾ ਕਿਤੇ ਮੈਂ ਬਹੁਤ ਦੂਰ ਤੱਕਰ ਜਾ ਕੇ ਵੇਖਿਆ ਸੀਗਾ, ਪਰ ਮੈਨੂੰ ਨਹੀਂ ਕਿਤੋਂ ਆਇਆ। ਮੈਂ ਇੱਥੇ ਡਾਕਟਰ ਅਮਿਤ ਸੂਦ ਕੋਲ ਮੋਗੇ ਆਇਆ ਤਾਂ ਮੇਰਾ ਹੁਣ ਵੇਟ ਜਮ੍ਹਾਂ ਘੱਟ ਗਿਆ, ਬਹੁਤ ਵਧੀਆ ਹੁਣ ਮੈਂ ਮਹਿਸੂਸ ਕਰਦਾ।